ਪੰਜਾਬ ਦੇ ਕੈਬਨਿਟ ਮਿਨਿਸਟਰ ਬ੍ਰਹਮ ਸ਼ੰਕਰ ਜਿੰਪਾ ਅੱਜ ਮੁਕੇਰੀਆਂ ਦੇ ਪਿੰਡ ਸਿੰਘੋਵਾਲ ਵਿਖੇ 4 ਏਕੜ ਦੇ ਅੰਦਰ 16 ਲੱਖ ਦੀ ਲਾਗਤ ਨਾਲ ਬਣਾਏ ਗਏ ਸਟੇਡੀਅਮ ਦਾ ਉਦਘਾਟਨ ਕਰਨ ਲਈ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਕਈ ਵੱਡੇ ਸਿਆਸੀ ਮਸਲਿਆਂ ਦੇ ਉੱਤੇ ਚਰਚਾ ਕੀਤੀ ਗਈ ਹੈ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਪੰਜਾਬ ਸਰਕਾਰ ਨੇ ਜਿਹੜੇ ਸਾਰੇ ਵਾਅਦੇ ਕੀਤੇ ਸੀ ਉਹ ਅਸੀਂ ਪੂਰੇ ਕਰ ਰਹੇ ਹਾਂ। ਦੂਜੇ ਪਾਸੇ ਜਦੋਂ ਉਹਨਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ ਦੀ ਗੱਲ ਪੁੱਛੀ ਗਈ ਕਿ ਜਨਰਲ ਕੈਟਾਗਰੀ ਨੂੰ ਇਹ ਸਹੂਲਤ ਕਿਉਂ ਨਹੀਂ ਦਿੱਤੀ ਤਾਂ ਉਹਨਾਂ ਨੇ ਗੱਲ ਗੋਲ ਜਿਹੀ ਕਰ ਦਿੱਤੀ ਅਤੇ ਕਿਹਾ ਕਿ ਜਿਨ੍ਹਾਂ ਦੇ ਘਰ ਦਾ 2 ਕਿਲੋ ਵਾਟ ਤੋਂ ਘੱਟ ਦਾ ਲੋਡ ਹੈ ਉਹਨਾਂ ਦੇ ਸਾਰੇ ਪਿਛਲੇ ਬਕਾਇਆ ਬਿੱਲ ਮਾਫ਼ ਕਰਤਾ ਦਿੱਤੇ ਗਏ ਨੇ। ਅਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਪੰਜਾਬ ਦੀ ਤਰੱਕੀ ਦੇ ਲਈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਲਈ ਅਸੀਂ ਅਤੇ ਸਾਡੀ ਸਰਕਾਰ ਹਮੇਸ਼ਾ ਤਤਪਰ ਰਹੇਗੀ। ਹੋਰ ਕੀ ਕੁਝ ਕਿਹਾ ਇਸ ਮੌਕੇ ਤੇ ਬ੍ਰਹਮ ਸ਼ੰਕਰ ਜਿੰਪਾ ਨੇ, ਆਓ ਸੁਣਦੇ ਹਾਂ। ਪਾਰਟੀਆਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇਰਦੀਆਂ ਹੋਈਆਂ ਨਜ਼ਰ ਆ ਰਹੀਆਂ। ਇਹ ਕਿਹਾ ਜਾ ਰਿਹਾ ਜਦੋਂ ਚੋਣਾਂ ਸੀਗੀਆਂ ਉਦੋਂ ਜਿਹੜੇ ਵਾਅਦੇ ਕਰਨ ਦੀ ਗੱਲ ਕੀਤੀ ਜਾਂਦੀ ਉਹ ਵਾਅਦਿਆਂ ਨੂੰ ਕਿਉਂ ਨਹੀਂ ਜਲਦ ਪੂਰਾ ਕੀਤਾ ਜਾ ਰਿਹਾ, ਟਾਈਮ ਕਿਉਂ ਪਾਇਆ ਜਾ ਰਿਹਾ? ਸਰ ਬਿਲਕੁਲ ਵਾਅਦੇ ਕੀਤੇ ਆ, ਜਿੰਨੇ ਵਾਅਦੇ ਇੱਕ ਮਹੀਨੇ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤੇ ਆ ਜਾਂ ਉਹਨਾਂ ਦੀ ਕੈਬਨਿਟ ਨੇ ਕੀਤੇ ਆ, ਕਦੀ ਅੱਜ ਤੱਕ ਇੰਨੇ ਵਾਅਦੇ ਪੂਰੇ ਨਹੀਂ ਹੋਏ। ਜਦੋਂ ਧਿਆਨ ਨਾਲ ਤੁਸੀਂ ਪੁਰਾਣਾ ਰਿਕਾਰਡ ਇਹਨਾਂ ਇਤਿਹਾਸ ਦੇਖ ਲਈਓ, ਇਹ ਉਹ ਬੰਦੇ ਤੁਹਾਡੇ ਕੋਲ ਜਵਾਬ ਮੰਗ ਰਹੇ ਆ ਜਿਹੜੇ ਆਪਣਾ 70 ਸਾਲ ਦਾ, 30 ਸਾਲ ਦਾ, 35 ਸਾਲ ਰਾਜ ਕੀਤਾ, ਉਹ 30 ਦਿਨ ਦੀ ਸਰਕਾਰ ਤੋਂ ਜਵਾਬ ਦੇਖ ਕੇ ਉਹ ਤਾਂ ਕੰਮ ਦੇਖ ਕੇ ਹੈਰਾਨ ਹੈ ਵੀ ਇਹ ਕੰਮ ਇੰਨਾ ਕਿੱਦਾਂ ਹੋ ਰਿਹਾ। ਮਾਨ ਸਾਹਿਬ ਨੇ ਇੱਕ ਗੱਲ ਕਹੀ ਹੈ ਵੀ ਅਸੀਂ ਜਿਹੜਾ ਬੂਟਾ ਲੱਗਾ ਅੰਬ ਦਾ ਬੂਟਾ ਲੱਗਾ, ਉਹ ਕਿਹੜਾ ਅੰਬ ਦਾ ਬੂਟਾ ਆ, ਦੇਸੀ ਆ ਕਿ ਹਾਈਬ੍ਰਿਡ ਆ? ਨਹੀਂ, ਉਹ ਅੰਬ ਦਾ ਬੂਟਾ ਭਾਜੀ ਸਦਾ ਬਹਾਰ ਅੰਬ ਦਾ, ਅੰਬ ਲਈ ਤਾਂ ਹਿੰਦੁਸਤਾਨ ਪੂਰਾ ਮਸ਼ਹੂਰ ਹੈ, ਇਹ ਅੰਬ ਜਿਹੜਾ ਸਦਾ ਬਹਾਰ ਅੰਬ ਹੈ। ਜਦੋਂ ਗੱਲਬਾਤ ਕਰੀਏ ਤੁਹਾਡੇ ਨਾਲ, ਇਹ ਕਿਹਾ ਜਾਵੇ ਆਪਾਂ ਜੀ ਜਦੋਂ ਚੋਣ ਇਲੈਕਸ਼ਨ ਸੀਗੇ, ਠੀਕ ਹੈ ਜੀ, ਉਹਨਾਂ ਨੇ ਇਹ ਤਾਂ ਸ਼ਰਤ ਨਹੀਂ ਰੱਖੀ ਸੀ ਉਦੋਂ, ਇਹ ਕਿਹਾ ਗਿਆ ਜਦੋਂ ਸਾਡੀ ਸਰਕਾਰ ਆ ਗਈ ਆਪਾਂ ਬੱਤੀ ਬਿਜਲੀ ਫ੍ਰੀ ਕਰ ਦਿਆਂਗੇ, ਹੁਣ ਸਮਾਂ ਵਧਾਈ ਜਾ ਰਹੇ ਆ। ਨਹੀਂ ਸਰ, ਦੇਖੋ ਗੱਲ ਸਮਝੇ, 300 ਯੂਨਿਟ ਦਾ ਆਪਾਂ ਕਿਹਾ ਸੀਗਾ, 300 ਪਲੱਸ 300, 2 ਮਹੀਨੇ ਦਾ 600 ਯੂਨਿਟ ਮਾਫ਼ ਜਿੰਪਾ ਜੀ। ਦੇਖੋ ਹਾਂਜੀ, ਔਰ ਸਭ ਤੋਂ ਬਿਹਤਰ ਗੱਲ ਆ ਇਹਦਾ ਜਿਹੜਾ ਜਵਾਬ ਹੈਗਾ ਉਹ ਬਿਲਕੁਲ ਸਰਕਾਰ ਨੇ ਜਲਦੀ ਦਿੱਤਾ, ਇਸ ਤੋਂ ਵਧੀਆ ਹੋ ਨਹੀਂ ਸਕਦਾ ਜੋ ਕੀਤਾ। 600 ਯੂਨਿਟ ਫ੍ਰੀ ਕਰਨ ਦੇ ਨਾਲ ਕਿਤੇ ਨਾ ਕਿਤੇ ਖਪਤ ਨਹੀਂ ਵਧੂਗੀ ਬਿਜਲੀ ਦੀ, ਜਿਹੜੀ ਕਿ ਬਿਜਲੀ ਖਪਤ ਦੀ ਨਾਲ ਹੀ, ਖਪਤ ਦੀ ਵੀ ਨਾਲ ਹੀ ਅਪੀਲ ਮਾਨ ਸਾਹਿਬ ਨੇ ਕੀਤੀ ਹੈ ਵੀ ਬਿਜਲੀ ਦੀ ਜਿਹੜੀ ਖਪਤ ਹੈ ਉਹ ਵੇਸਟ ਨਾ ਜਾਵੇ ਬਿਜਲੀ, ਇਹਦੀ ਵੀ ਨਾਲ ਹੀ ਅਪੀਲ ਕੀਤੀ ਹੈ। ਕਿਹਾ ਸੀ ਪਾਰਟੀ ਨੇ ਪ੍ਰੋਟੋਕਾਲ ਚ ਪੂਰਾ ਕਰ ਦਿੱਤਾ, ਤੁਹਾਨੂੰ ਇਹ ਦੇਖੋ ਜੀ। 2021 ਚ ਪਟਵਾਰੀ ਦੀ ਭਰਤੀਆਂ ਨਿਕਲੀਆਂ ਸੀਗੀਆਂ ਤੇ ਉੱਥੇ ਐਗਜ਼ਾਮ ਵੀ ਦਿੱਤੇ ਕਈ ਜਿਹੜੇ ਲੋਕਾਂ ਨੇ, ਤੇ ਉਹ ਅੱਜ ਵੀ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਪਿਛਲੀ ਸਰਕਾਰ ਨੇ ਤਾਂ ਉਹਨਾਂ ਨੂੰ ਨਹੀਂ ਸਬਸਿਡੀ, ਉਹਦੇ ਵਿੱਚ ਇਦਾਂ ਸੀਗਾ ਅੱਜ ਡਿਪਾਰਟਮੈਂਟ ਤੁਹਾਡੇ ਕੋਲ ਆ ਉਹ? ਹਾਂਜੀ ਹਾਂਜੀ ਬਿਲਕੁਲ, ਮੇਰੇ ਕੋਲ ਹੈ ਐਸਐਸ ਬੋਰਡ ਜਿਹੜਾ ਸੀਗਾ ਉਹ ਜਿਹੜਾ ਹੈਗਾ ਉਹ ਸਾਨੂੰ ਮਜ਼ਬੂਰੀ ਨੂੰ, ਜਿਹੜੇ ਪੁਰਾਣੇ ਬੋਰਡ ਹੈ ਉਹਨੂੰ ਭੰਗ ਕਰਕੇ ਨਵਾਂ ਬੋਰਡ ਜਲਦੀ ਹੀ ਜਿਹੜਾ ਹੈਗਾ ਪਟਵਾਰੀਆਂ ਦੀ ਜਿੰਨੀ ਨਿਯੁਕਤੀ ਹੈ, ਨਿਯੁਕਤੀ ਪੱਤਰ ਹੈ ਮਾਨ ਸਾਹਿਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹੱਥੋਂ ਨਾਲ ਹੋ ਕੇ ਦਵਾ। ਸਰ ਫ੍ਰੀ ਯੂਨਿਟ ਤਾਂ ਜਨਰਲ ਕੈਟਾਗਰੀ ਦਾ ਬੜਾ ਵਿਰੋਧ ਹੋ ਰਿਹਾ ਜਿਹੜੀ ਆ, ਹਾਂਜੀ ਉਹ ਫ੍ਰੀ ਜਿਹੜੀ ਦੇ ਰਹੇ ਹੋ ਜਨਰਲ ਕੈਟਾਗਰੀ ਨੂੰ ਵੀ ਦੇ ਰਹੇ ਹੋ? ਬਿਜਲੀ ਦੇਖੋ, ਬਿਜਲੀ ਦਾ ਇੱਕ ਜਿਹੜਾ ਪਾਰਟੀ ਨੇ ਕਿਹਾ ਸੀਗਾ ਉਹ ਪੂਰਾ ਕੀਤਾ, ਤੁਸੀਂ ਮੈਨੂੰ ਦੱਸੋ ਕਿ 2 ਕਿਲੋ ਵਾਟ ਦੇ ਕਨੈਕਸ਼ਨ ਤੱਕ ਪੁਰਾਣੇ ਬਿੱਲ ਮਾਫ਼ ਕਰ ਦਿੱਤੇ, ਠੀਕ ਹੈ ਨਾ ਜੀ, ਉਹਦੇ 'ਚ ਸਾਰੇ ਵਰਗਾਂ ਨੂੰ ਹੀ ਆਲਮੋਸਟ ਫਾਇਦਾ ਹੋਇਆ, ਔਰ ਜਿਹੜਾ ਹੈਗਾ ਹੁਣ ਜਿਹੜਾ ਦਿੱਤਾ 600 ਯੂਨਿਟ ਹੈ, ਜਿਹੜਾ ਇੱਕ ਮਾਤੜ ਸਾਥੀ ਹੈ ਉਹ 600 ਯੂਨਿਟ ਦੇ ਉੱਤੇ ਫੂਕਦਾ ਹੀ ਨਹੀਂ। ਸਰ ਜਨਰਲ ਕੈਟਾਗਰੀ ਬੜਾ ਵਿਰੋਧ ਕਰ ਰਹੀ ਹੈ ਇਸ ਕੇ ਮਾਮਲੇ 'ਚ, ਜਨਰਲ ਕੈਟਾਗਰੀ ਬੜਾ ਵਿਰੋਧ ਕਰ